ਸ਼ਸ਼ੀਕਲ ਦੋਸਤੋ ਟਾਪਿਕ ਬਲੱਡ ਰਿਲੇਸ਼ਨ ਦੇ ਸੈਕਿੰਡ ਲੈਕਚਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਲੈਕਚਰ ਦੇ ਵਿੱਚ ਕੀਤਾ ਸੀ ਕਿ ਅਸੀਂ ਬੇਸਿਕ ਚੀਜ਼ਾਂ ਜਾਣੀਆਂ ਸੀ ਕਿ ਕਿਸੇ ਵੀ ਰਿਲੇਸ਼ਨ ਨੂੰ ਕੀ ਨਾਮ ਦੇ ਨਾਲ ਜਾਣਿਆ ਜਾਂਦਾਗਾ ਹੁਣ ਸਾਡੇ ਸਾਹਮਣੇ ਜਦੋਂ ਅਸੀਂ ਕੋਈ ਕੁਐਸਚਨ ਕੋਈ ਵੀ ਇਸ ਦਾ ਅਟੈਂਪਟ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਪ੍ਰੋਬਲਮ ਕੀ ਹੁੰਦੀ ਆ ਕਿ ਇਸ ਨੂੰ ਸੋਲਵ ਕਿਵੇਂ ਕੀਤਾ ਜਾਵੇ ਇਸ ਨੂੰ ਹੱਲ ਕਿਵੇਂ ਕਰਨਾ ਹੈ ਤਾਂ ਇਸ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਟਾਈਪ ਦੇ ਕੁਐਸਚਨ ਆਉਂਦੇ ਆ ਕੁਝ ਕੁਐਸਚਨ ਜਿਹੜੇ ਹੁੰਦੇ ਨੇ ਕਿ ਉਹਦੇ ਵਿੱਚ ਅਸੀਂ ਦੱਸਣਾ ਹੁੰਦਾ ਹੈ ਕਿ ਸਾਡੇ ਕੋਲ ਜੋ ਸਾਡਾ ਪਰਸਨ ਹੈ ਉਹ ਜੈਂਟਸ ਹੈ ਜਾਂ ਲੇਡੀਜ਼ ਹੈ ਜਨਕੀ men ਹੈ ਜਾਂ women ਹੈ ਤਾਂ ਅਸੀਂ ਆਪਣੇ ਜੋ ਕੁਐਸਚਨਸ ਹਨ ਉਹਨਾਂ ਦੇ ਵਿੱਚ ਇੱਕ ਸਪੈਸੀਫਿਕ ਸਾਈਨ ਯੂਜ਼ ਕਰਦੇ ਹਾਂ ਇਹਨਾਂ ਦੇ ਲਈ ਜੇਕਰ ਕੋਈ ਪਰਸਨ ਜੋ ਹੈ ਮੈਨ ਹੈ ਜਨਕੀ ਆਦਮੀ ਹੈ ਉਸਦੇ ਲਈ ਅਸੀਂ ਪਲੱਸ ਦਾ ਸਾਈਨ ਯੂਜ਼ ਕਰਦੇ ਹਾਂ ਅਤੇ ਜੇਕਰ ਕੋਈ ਊਮੈਨ ਹੈ ਜਨਕੀ ਔਰਤ ਹੈ ਤਾਂ ਉਸਦੇ ਲਈ ਅਸੀਂ ਮਾਈਨਸ ਦਾ ਸਾਈਨ ਯੂਜ਼ ਕਰਦੇ ਹਾਂ ਇਸ ਤੋਂ ਨੈਕਸਟ ਜਿਹੜਾ ਹੈ ਕਿ ਡਰਾ ਡਾਇਗਰਾਮ ਅਸੀਂ ਜਦੋਂ ਵੀ ਕੋਈ ਕੁਐਸਚਨ ਸੋਲਵ ਕਰਨਾ ਹੈ ਤਾਂ ਅਸੀਂ ਉਸ ਦੀ ਡਾਇਗਰਾਮ ਜ਼ਰੂਰ ਬਣਾਉਣੀ ਹੈ ਜਦੋਂ ਅਸੀਂ ਡਾਇਗਰਾਮ ਬਣਾਵਾਂਗੇ ਤਾਂ ਸਾਡੇ ਲਈ ਇਹ ਕੁਐਸਚਨ ਦਾ ਹੱਲ ਪਤਾ ਕਰਨਾ ਬਹੁਤ ਈਜ਼ੀ ਹੋ ਜਾਏਗਾ ਇਹ ਡਾਇਗਰਾਮ ਕਿਵੇਂ ਬਣਾਉਣੀ ਹੈ ਉਹ ਦੇਖਦੇ ਹਾਂ ਤਾਂ ਇਸ ਦੇ ਵਿੱਚ ਜੇਕਰ ਸਾਡੇ ਕੋਲ ਸੇਮ ਜਨਰੇਸ਼ਨ ਹੈ ਸੇਮ ਜਨਰੇਸ਼ਨ ਹੈ ਤਾਂ ਅਸੀਂ ਉਹਨਾਂ ਨੂੰ ਨਾਲ-ਨਾਲ ਹੀ ਲਿਖਾਂਗੇ ਜਾਨੀ ਕਿ ਇੱਕੋ ਲੈਵਲ ਦੇ ਵਿੱਚ ਲਿਖਾਂਗੇ ਜਿਸ ਤਰ੍ਹਾਂ ਕਿ ਸਾਡੇ ਕੋਲ ਫਾਦਰ ਅਤੇ ਮਦਰ ਹਨ ਤਾਂ ਉਹ ਅਸੀਂ ਇੱਕੋ ਹੀ ਲਾਈਨ ਦੇ ਵਿੱਚ ਲਿਖੇ ਫਾਦਰ ਕਿਉਂਕਿ ਜੈਂਟਸ ਹੈ ਇਸ ਲਈ ਇਸ ਨੂੰ ਮੈਨ ਨੂੰ ਪਲਸ ਦੇ ਨਾਲ ਮਦਰ ਊਮਨ ਹੈ ਤਾਂ ਇਸ ਨੂੰ ਅਸੀਂ ਮਾਈਨਸ ਨਾਲ ਲਿਖੇਗਾ ਇਹਨਾਂ ਦੇ ਜੋ ਹਨ ਦੋ ਬੱਚੇ ਹਨ ਇੱਕ ਗਰਲ ਹੈ ਅਤੇ ਇੱਕ ਬੁਆਏ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਜੋ ਗਰਲ ਹੈ ਇਸ ਦਾ ਅੱਗੇ ਮੈਰਿਜ ਹੋਈ ਹੋਈ ਹੈ ਤਾਂ ਅਸੀਂ ਗਰਲ ਦੇ ਉੱਤੇ ਮਾਈਨਸ ਸਾਈਨ ਬੁਆਏ ਦੇ ਉੱਤੇ ਜੋ ਹੈ ਪਲੱਸ ਸਾਈਨ ਲਿਖਿਆ ਹੈ ਉਸ ਤੋਂ ਬਾਅਦ ਜੋ ਗਰਲ ਦਾ ਹਸਬੰਡ ਹੈ ਉਸ ਨੂੰ ਅਸੀਂ ਐਚ ਨਾ ਲਿਖਦੇ ਹਾਂ ਅਤੇ ਇਸ ਦੇ ਪੈਰ ਵਿੱਚ ਜੋ ਹੈ স্মਲ ਜੀ ਲਿਖ ਦਿੰਨੇ ਹਾਂ ਤਾਂ ਕਿ ਹਸਬੰਡ ਆਫ ਗਰਲ ਜੋ ਕਿ ਇੱਕ ਪੋਜ਼ਿਟਿਵ ਸਾਈਨ ਦੇ ਨਾਲ ਲਿਖਿਆ ਜਾਵੇਗਾ ਨੈਕਸਟ ਜੋ ਹੈ ਕੀ ਜੇਕਰ ਸਾਡੇ ਕੋਲ ਸਿਵਲਿੰਗਸ ਹੋਣ ਮਤਲਬ ਕਿ ਜੇਕਰ ਗਰਲਸ ਦੀਆਂ ਦੋ ਲੜਕੀਆਂ ਸਨ ਜਿਹੜੀਆਂ ਕਿ ਸਿਵਲਿੰਗ ਆ ਯਾਨੀ ਕਿ ਜੁੜਵਾਂਆਂ ਗਿਆ ਤਾਂ ਅਸੀਂ ਇਹਨਾਂ ਨੂੰ ਦੋਨੇ ਸਾਈਡਸ ਦੇ ਉੱਤੇ ਐਰੋ ਦੇ ਨਾਲ ਸ਼ੋਅ ਕਰਦੇ ਹਾਂ ਪਿਆਰੀ ਬੱਚੋ ਇਹ ਡਾਇਗਰਾਮ ਤੁਹਾਨੂੰ ਦੇਖਣ ਵਿੱਚ ਮੁਸ਼ਕਿਲ ਲੱਗ ਰਹੀਆਂ ਹੋਣਗੀਆਂ ਪਰ ਜਦੋਂ ਇਹ ਸਿਰਫ ਤੇ ਸਿਰਫ ਤੁਹਾਡੀ ਪ੍ਰੈਕਟਿਸ ਦੇ ਲਈ ਹੈ ਜਦੋਂ ਤੁਸੀਂ ਕੁਝ ਟਾਈਮ ਇਸ ਦੀ ਪ੍ਰੈਕਟਿਸ ਕਰੋਗੇ ਤਾਂ ਉਸ ਤੋਂ ਬਾਅਦ ਇਹ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਹੈ ਇਹ ਸਵਾਲ ਹੱਲ ਕਰ ਸਕੋਗੇ ਇਸ ਲਈ ਇਹ ਸਿਰਫ ਦੁਹਰਾਏ ਦੇ ਪਰਪਸ ਦੇ ਲਈ ਹੈ ਹੁਣ ਸਾਡੇ ਕੋਲ ਜੋ ਬਲੱਡ ਰਿਲੇਸ਼ਨ ਦੇ ਕੁਐਸਚਨ ਹਨ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਕਿਸ ਟਾਈਪ ਦੇ ਹੁੰਦੇ ਹਨ ਸਾਡੇ ਕੋਲ ਕੁੱਲ 4 ਤਰ੍ਹਾਂ ਦੇ ਜੋ ਕੁਐਸਚਨਸ ਹੁੰਦੇ ਹਨ ਜੰਬਲਡ ਡਿਸਕ੍ਰਿਪਸ਼ਨਸ ਰਿਲੇਸ਼ਨਲ ਪਜ਼ਲ ਕੋਡ ਰਿਲੇਸ਼ਨ ਮਿਸਲੀਨੀਅਸ ਕੁਐਸਚਨਸ ਤਾਂ ਇਹ 4 ਤਰ੍ਹਾਂ ਦੇ ਕੁਐਸਚਨਸ ਹਨ ਟਾਈਪਸ ਹਨ ਜਿਹੜੇ ਕਿ ਸਾਡੇ ਐਗਜ਼ਾਮ ਦੇ ਵਿੱਚ ਆਉਂਦੇ ਹਨ ਸਭ ਤੋਂ ਪਹਿਲਾਂ ਅਸੀਂ ਜੰਬਲ ਟਾਈਪ ਦੇ ਜੋ ਕੁਐਸਚਨ ਹੈ ਉਹ ਕਰਦੇ ਹਾਂ ਪੁਆਇੰਟਿੰਗ ਟੂ ਅ ਊਮਨ ਇਨ ਅ ਫੋਟੋਗ੍ਰਾਮ ਫੋਟੋਗ੍ਰਾਫ ਰਾਜੇਸ਼ ਸੈਡ ਦ ਓਨਲੀ ਡਾਟਰ ਆਫ ਹਰ ਗ੍ਰੈਂਡਫਾਦਰ ਇਜ਼ ਮਾਈ ਵਾਈਫ ਹਾਊ ਇਜ਼ ਰਾਜੇਸ਼ ਰਿਲੇਟਡ ਟੂ ਦਾ ਊਮੈਨ ਇੱਕ ਫੋਟੋ ਬਲ ਜੋ ਕਿ ਇੱਕ ਲੜਕੀ ਦੀ ਹੈ ਇਸ਼ਾਰਾ ਕਰਦੇ ਹੋਏ ਰਾਜੇਸ਼ ਨੇ ਕਿਹਾ ਕਿ ਉਸਦੇ ਦਾਦਾ ਜੀ ਦੀ ਜਾਂ ਉਸ ਨੂੰ ਅਸੀਂ ਕਿਉਂਕਿ ਜੇਕਰ ਕੁਐਸਚਨ ਦੀ ਸੈਂਸ ਨੂੰ ਸਮਝਦੇ ਹਾਂ ਤਾਂ ਉਸਦੇ ਨਾਨਾ ਜੀ ਦੀ ਇਕਲੌਤੀ ਧੀ ਮੇਰੀ ਪਤਨੀ ਹੈ ਤਾਂ ਰਜੇਸ਼ ਦਾ ਜੋ ਪਿਕਚਰ ਵਿੱਚ ਲੜਕੀ ਹੈ ਉਸ ਨਾਲ ਕੀ ਸੰਬੰਧ ਹੋਵੇਗਾ ਕੀ ਰਜੇਸ਼ ਉਸ ਦਾ ਅੰਕਲ ਲੱਗੇਗਾ ਜਾਂ ਪਿਤਾ ਲੱਗੇਗਾ ਜਾਂ ਮਾਮਾ ਲੱਗੇਗਾ ਜਾਂ ਭਰਾ ਲੱਗੇਗਾ ਤਾਂ ਰਜੇਸ਼ ਜੋ ਹੈ ਉਹ ਪਿਕਚਰ ਵਾਲੀ ਊਮਨ ਬਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਉਸ ਦੇ ਗ੍ਰੈਂਡਫਾਦਰ ਜਾਨੀ ਕਿ ਨਾਨਾ ਜੀ ਜਿਸ ਤਰ੍ਹਾਂ ਕਿ ਅਪਾ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੰਗਲਿਸ਼ ਦੇ ਵਿੱਚ ਗ੍ਰੈਂਡਫਾਦਰ ਜੋ ਹੈ ਉਹ ਦਾਦਾ ਜੀ ਨੂੰ ਵੀ ਕਿਹਾ ਜਾਂਦਾ ਹੈ ਅਤੇ ਨਾਨਾ ਜੀ ਨੂੰ ਵੀ ਕਿਹਾ ਜਾਂਦਾ ਹੈ ਕਿਉਂਕਿ ਲੜਕੀ ਦੇ ਨਾਨਾ ਜੀ ਸੀ ਜੋ ਕਿ ਉਸ ਨਾਲੋਂ ਜਿਹੜੇ ਹਨ ਦੋ ਲੈਵਲ ਉੱਪਰ ਜਿਹੜਾ ਕਿ ਹਾਇਰ ਰਿਸ਼ਤਾ ਹੋ ਗਿਆ ਤਾਂ ਇਸ ਨੂੰ ਅਸੀਂ ਦੋ ਜੋ ਹਨ ਲਾਈਨਸ ਦੇ ਨਾਲ ਉੱਪਰਲੀ ਸਾਈਡ ਤੇ ਡਿਨੋਟ ਕੀਤਾ ਹੈ ਹੁਣ ਗ੍ਰੈਂਡਫਾਦਰ ਦੀ ਡਾਟਰ ਜੋ ਹੈ ਉਹ ਰਾਜੇਸ਼ ਤੀ ਵਾਈਫ ਹੈ ਤਾਂ ਇਟ ਮੀਨਸ ਜੋ ਤਸਵੀਰ ਵਾਲੀ ਲੜਕੀ ਹੈ ਉਹ ਗ੍ਰੈਂਡਫਾਦਰ ਦੀ ਡਾਟਰ ਦੀ ਡਾਟਰ ਹੋਗੀ ਇਟ ਮੀਨਸ ਜੋ ਰਜੇਸ਼ ਜੀ ਵਾਈਫ ਨਾਲ ਜੋ ਰਿਸ਼ਤਾ ਹੈ ਉਸ ਲੜਕੀ ਦਾ ਤਾਂ ਰਜੇਸ਼ ਨਾਲ ਵੀ ਉਹੀ ਰਿਸ਼ਤਾ ਹੋਵੇਗਾ ਯਾਨੀ ਕਿ ਉਹ ਉਸ ਦੀ ਬੇਟੀ ਹੋਵੇਗੀ ਇਟ ਮੀਨਸ ਜੋ ਰਜੇਸ਼ ਹੈ ਉਹ ਉਸ ਲੜਕੀ ਦਾ ਫਾਦਰ ਹੋਵੇਗਾ ਤਾਂ ਪਿਆਰੇ ਬੱਚੋ ਅੱਜ ਅਸੀਂ ਇਹ ਕੁਐਸਚਨ ਕੀਤਾ ਹੈ ਤਾਂ ਇਸੇ ਤਰ੍ਹਾਂ ਦੇ ਤੁਹਾਡੇ ਕੋਲ ਹੋਰ ਕੁਐਸ਼ਨ ਜਿਹੜੇ ਹਨ ਉਹ ਵੀ ਆਉਣਗੇ ਅੱਜ ਦੇ ਲਈ ਮੈਂ ਤੁਹਾਨੂੰ ਇੱਕ ਅਸਾਈਨਮੈਂਟ ਭੇਜ ਰਿਹਾ ਹਾਂ ਤੁਸੀਂ ਇਸ ਦੇ ਕੁਐਸਚਨ ਜੋ ਹਨ ਉਹ ਸੋਲਵ ਕਰਨੇ ਨੇ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਨੂੰ ਇਹ ਕੁਐਸਚਨ ਬੜੀ ਆਸਾਨੀ ਦੇ ਨਾਲ ਸਮਝ ਆ ਜਾਣਗੇ ਕੱਲ ਫਿਰ ਇਸ ਤੋਂ ਅਗਲਾ ਟੌਪਿਕ ਜਿਹੜਾ ਅਸੀਂ ਲਵਾਂਗੇ ਇਸ ਦੇ ਨਾਲ ਨਾਲ ਜੋ ਅੱਜ ਦੇ ਅਸਾਈਨਮੈਂਟ ਦੇ ਸਾਮ ਹਨ ਉਹ ਵੀ ਅਸੀਂ ਸੋਲਵ ਕਰਾਂਗੇ ਇੱਥੇ ਇੱਕ ਇਸ ਕੁਐਸਚਨ ਦੇ ਵਿੱਚ ਇੱਕ ਗੱਲ ਜ਼ਰੂਰ ਨੋਟ ਕਰਿਓ ਕਿ ਮੈਂ ਇੱਥੇ ਪਲੱਸ ਮਾਈਨਸ ਸਾਈਨ ਨਹੀਂ ਯੂਜ਼ ਕੀਤਾ ਉਸ ਦਾ ਇੱਕ ਕਾਰਨ ਹੈ ਕਿ ਇਸ ਦੇ ਵਿੱਚ ਸਿਰਫ ਸਾਨੂੰ ਰਿਲੇਸ਼ਨ ਪੁੱਛਿਆ ਹੈ ਜਨਕਿ ਇਸ ਸਟੇਟਮੈਂਟ ਦੇ ਅਕੋਰਡਿੰਗ ਸਾਨੂੰ ਉਸ ਕੁੜੀ ਦੇ ਨਾਲ ਰਾਜੇਸ਼ ਦਾ ਰਿਲੇਸ਼ਨ ਪੁੱਛਿਆ ਹੈ ਇਸ ਦੇ ਵਿੱਚ ਸਾਨੂੰ ਇਹ ਨਹੀਂ ਪੁੱਛਿਆ ਕਿ ਜੋ ਤਸਵੀਰ ਹੈ ਉਹ ਲੜਕੇ ਦੀ ਹੋਵੇਗੀ ਜਾਂ ਲੜਕੀ ਦੀ ਜੇਕਰ ਇਸ ਤਰ੍ਹਾਂ ਦਾ ਕੁਐਸਚਨ ਹੈ ਤਾਂ ਅਸੀਂ ਇਸ ਨੂੰ ਪਲੱਸ ਮਾਈਨਸ ਦੇ ਨਾਲ ਡਿਨੋਟ ਕਰਾਂਗੇ ਤਦ ਤੱਕ ਕੱਲ ਫਿਰ ਮਿਲਦੇ ਹਾਂ ਪਿਆਰੇ ਬੱਚੋ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ